ਨਹੀਂ ਦੇਖੋ, ਪੰਜਾਬ ਦਾ ਪਹਿਰਾਵਾ, ਗੀਤ ਸੰਗੀਤ, ਖਾਣਾ ਪੀਣਾ, ਸਾਰਾ ਕੁਛ ਤਾਂ ਵੀਡੀਓ ਦੇ ਵਿੱਚ ਆ, ਤੇ ਫਿਰ ਪੰਜਾਬ ਦੀ ਲੀਡਰਸ਼ਿਪ ਵੀ ਵੀਡੀਓ ਦੇ ਨਾਲ ਚੱਲੂਗੀ ਨਾ। ਕੀ ਪ੍ਰੋਬਲਮ ਨੇ ਪੰਜਾਬ ਦੀ, ਇੱਕ ਹੋਵੇ ਤਾਂ ਦੱਸੀਏ, ਕਿੱਥੋਂ ਤਾਂ ਸ਼ੁਰੂ ਕਰੋ ਨਾ। ਮੁੱਢ ਤੋਂ ਹੀ ਇਹਦੇ ਪ੍ਰੋਬਲਮ ਹੀ ਪ੍ਰੋਬਲਮ ਹੈ। ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇੰਗਲਿਸ਼ ਹੈ ਨਾ, ਪੰਜਾਬੀ 'ਚ ਪੜ੍ਹਾਓ ਤੁਸੀਂ। ਅੱਜ ਕੱਲ੍ਹ ਪੰਜਾਬ ਨੂੰ ਬਚਾਉਣ ਦਾ ਬੜਾ ਬੋਲਬਾਲਾ ਹੈ, ਬੜੇ ਲੋਕ ਨੇ ਜਿਹੜੇ ਪੰਜਾਬ ਦੇ ਹਿਤੈਸ਼ੀ ਬਣੇ ਹੋਏ ਨੇ। ਅੱਜ ਸਾਡੇ ਵਿਚਕਾਰ ਵੀ ਇੱਕ ਪੰਜਾਬ ਦੇ ਹਿਤੈਸ਼ੀ ਪਹੁੰਚੇ ਨੇ, ਰਮਨ ਮਿੱਤਲ ਜੀ। ਉਹਨਾਂ ਨਾਲ ਆਪਾਂ ਪੰਜਾਬ ਦੇ ਵੱਖ ਵੱਖ ਮਸਲਿਆਂ 'ਤੇ ਗੱਲਬਾਤ ਕਰਾਂਗੇ। ਰਮਨ ਮਿੱਤਲ ਜੀ, ਦੋਸਤੋ ਤੁਸੀਂ ਮੈਨੂੰ ਸੁਣ ਰਹੇ ਹੋ ਲਾਈਵ। ਇਸ ਵਕਤ ਪੰਜਾਬ ਦੇ ਮਸਲੇ ਨੂੰ ਲੈ ਕੇ ਅਸੀਂ ਇਕੱਠੇ ਹੋਏ ਹਾਂ। ਪੰਜਾਬ ਬੜੀ ਗੰਭੀਰ ਹਾਲਾਤ ਦੇ ਵਿੱਚ ਆ, ਅਤੇ ਆਪਾਂ ਡਿਬੇਟ ਕਰਾਂਗੇ ਉਹਦੇ ਬਾਰੇ। ਕਰੋ ਕਰੋ ਭਾਅ ਜੀ, ਬੰਦ ਕਰੋ ਇਹਨੂੰ, ਬੰਦ ਕਰੋ ਇਹਨੂੰ, ਬੰਦ ਕਰੋ ਲਾਈਵ, ਬੰਦ ਕਰੋ। ਗੱਲ ਗੱਲ 'ਤੇ ਲਾਈਵ ਨਹੀਂ ਹੋਈਦਾ ਹੁੰਦਾ, ਉਹ ਕੈਮਰਾ ਚੱਲ ਰਿਹਾ, ਉੱਧਰੋਂ ਲਿਖ ਲੈ ਲਿਓ ਸਾਡੇ ਕੋਲ ਦੇ। ਸ਼ੋਰ, ਹਾਂ ਉੱਧਰੋਂ ਲਿਖ ਲੈ ਲਿਓ। ਦੇ ਦੇ ਮੈਨੂੰ, ਪੱਕਾ ਦੇ ਦਾਂਗੇ ਜੀ। ਗੱਲ ਗੱਲ 'ਤੇ ਲਾਈਵ ਨਹੀਂ ਹੋਈਦਾ ਹੁੰਦਾ, ਹਾਂ ਮੇਰੇ ਹਰੇਕ ਗੱਲ 'ਤੇ ਲਾਈਵ ਹੋ ਜਾਂਦੇ ਤੁਸੀਂ, ਲਿੰਕ ਸਾਰੇ ਖਰਾਬ ਹੋ ਜਾਂਦੇ। ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਹੈ ਮੇਰਾ। ਕੀ ਹਾਲਾਤ ਨੇ ਪੰਜਾਬ ਦੇ? ਬਹੁਤ ਬੁਰੇ ਹਾਲਾਤ ਨੇ ਪੰਜਾਬ ਇਸ ਵਕਤ, ਨਾ ਵੈਂਟੀਲੇਟਰ 'ਚ ਹੈ, ਆਈ ਸੀ ਯੂ ਦੇ ਵਿੱਚੋਂ ਲੰਘ ਰਿਹਾ। ਬਹੁਤ ਬੁਰੇ ਹਾਲਾਤ। ਨਹੀਂ ਤੁਸੀਂ ਪੰਜਾਬ ਨੂੰ ਜਾ ਕੇ ਮਿਲੇ, ਜੇ ਪੰਜਾਬ ਵੈਂਟੀਲੇਟਰ 'ਤੇ, ਤੁਸੀਂ ਉਹਦਾ ਬਲੱਡ ਸੈਂਪਲ ਲਏ ਨੇ, ਤੁਸੀਂ ਉਹਦੀ ਐੱਮ ਆਰ ਆਈ ਕਰਾਈ, ਤੁਸੀਂ ਉਹਦੀ ਈ ਸੀ ਜੀ ਕਰਾਈਏ, ਤੁਹਾਨੂੰ ਕਿੱਦਾਂ ਪਤਾ ਪੰਜਾਬ ਵੈਂਟੀਲੇਟਰ 'ਤੇ? ਊਂ ਹੀ ਆਪਣੇ ਕੋਲ 'ਤੇ। ਐਕਚੁਲੀ ਪੰਜਾਬ ਮੈਨੂੰ ਮਿਲਦਾ ਹੈ, ਮੈਨੂੰ ਦਿਖਦਾ ਹੈ, ਮੈਂ ਉਹਦੇ ਨਾਲ ਵਾਰਤਾਲਾਪ ਕਰਦਾ, ਡਾਇਲਾਗ ਕਰਦਾ, ਸੰਵਾਦ ਕਰਦਾ, ਉਹਨੂੰ ਮਹਿਸੂਸ ਕਰਦਾ ਮੈਂ ਪੰਜਾਬ ਨੂੰ। ਫਿਰ ਪੰਜਾਬ ਨੂੰ ਆਈ ਸੀ ਯੂ 'ਚ ਕੌਣ ਕੱਢੂਗਾ? ਮੈਂ ਕੱਢੂੰਗਾ। ਕੀ ਪਲੈਨ ਹੈ ਤੁਹਾਡੇ ਕੋਲ? ਮੇਰਾ ਪਲੈਨ ਇਹ ਆ ਵੀ ਅਸੀਂ ਨਾ ਹਰ ਗੱਲ ਦੇ ਉੱਤੇ ਲਾਈਵ ਹੋ ਰਹੇ ਹਾਂ, ਵੀਡੀਓਜ਼ ਬਣਾ ਰਹੇ ਹਾਂ ਪੰਜਾਬ ਦੇ ਉੱਤੇ, ਅਤੇ ਸਾਡੇ ਤਿੰਨ ਫਾਇਦੇ ਹੋ ਰਹੇ ਨੇ। ਨਹੀਂ, ਉਂਗਲੀਆਂ ਦੋ ਨੇ। ਪਹਿਲਾ ਫਾਇਦਾ ਤਾਂ ਕੀ ਹੈ ਵੀ ਸਾਨੂੰ ਨਾ ਨਿਊਜ਼ ਮਿਲ ਜਾਂਦੀ ਹੈ, ਦੂਜਾ ਇਹ ਹੈ ਕਿ ਸਾਨੂੰ ਵਿਊਜ਼ ਮਿਲ ਜਾਂਦੇ, ਤੀਜਾ ਇਹ ਆ ਵੀ ਸਾਡੀ ਵੀਡੀਓਜ਼ ਨੂੰ ਦੇਖ ਕੇ ਲੋਕ ਇਕੱਠੇ ਹੋ ਜਾਂਦੇ ਆ। ਮਤਲਬ ਕਿ ਕੁੱਲ ਮਿਲਾ ਕੇ ਪੰਜਾਬ ਨੂੰ ਬਚਾਉਣ ਦਾ ਤੁਹਾਡੇ ਕੋਲ ਲਾਈਵ ਹੋ ਕੇ ਵੀਡੀਓ ਬਣਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ? ਨਹੀਂ ਦੇਖੋ, ਪੰਜਾਬ ਦਾ ਪਹਿਰਾਵਾ, ਗੀਤ ਸੰਗੀਤ, ਖਾਣਾ ਪੀਣਾ, ਸਾਰਾ ਕੁਛ ਤਾਂ ਵੀਡੀਓ ਦੇ ਵਿੱਚ ਆ, ਤੇ ਫਿਰ ਪੰਜਾਬ ਦੀ ਲੀਡਰਸ਼ਿਪ ਵੀ ਵੀਡੀਓ ਦੇ ਨਾਲ ਚੱਲੂਗੀ ਨਾ। ਕੀ ਪ੍ਰੋਬਲਮ ਨੇ ਪੰਜਾਬ ਦੀ? ਇੱਕ ਹੋਵੇ ਤਾਂ ਦੱਸੀਏ, ਕਿੱਥੋਂ ਤਾਂ ਸ਼ੁਰੂ ਕਰੋ ਨਾ। ਮੁੱਢ ਤੋਂ ਹੀ ਇਹਦੇ ਪ੍ਰੋਬਲਮ ਹੀ ਪ੍ਰੋਬਲਮ ਹੈ, ਕਿਤੋਂ ਵੀ ਸ਼ੁਰੂ ਕਰ ਲਓ। ਪੰਜਾਬ ਦਾ ਕਿਤੇ ਵੀ ਹੱਥ ਲਾ ਲਓ ਉੱਥੇ ਸਮੱਸਿਆ ਮਿਲਦੀ ਹੈ। ਪਾਣੀ ਬਾਰੇ ਕੀ ਵਿਚਾਰ? ਮੈਂ ਪਾਣੀ ਪੀਂਦਾ ਨਹੀਂ, ਸੋਡਾ ਮੰਗਾ ਲਓ। ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਿਹਾ, ਜਿਹੜਾ ਭਖਦਾ ਮੁੱਦਾ ਹੈ ਪੰਜਾਬ ਦੇ ਪਾਣੀਆਂ ਦਾ, ਉਹਦੇ ਨਾਲ। ਦੇਖੋ ਜੀ, ਬਰਸਾਤਾਂ ਦੇ ਵਿੱਚ ਹੜ੍ਹ ਹੈ, ਗਰਮੀਆਂ ਦੇ ਵਿੱਚ ਇੱਥੇ ਸੁੱਕ ਹੈ, ਅਤੇ ਸਰਦੀਆਂ ਦੇ ਵਿੱਚ ਪਾਣੀ ਗੰਧਲਾ ਹੈ। ਬੱਚਿਆ ਖੁੱਚਿਆ ਹਰਿਆਣੇ ਨੇ ਲੈ ਜਾਣਾ, ਉਸ ਤੋਂ ਪਹਿਲਾਂ ਸਾਡਾ ਰਾਜਸਥਾਨ ਦੇ ਕੋਲ ਪਾਣੀ ਜਾਂਦਾ ਹੈ। ਇਹ ਸਾਡੇ ਵਿਚਾਰ ਆ ਪਾਣੀ ਬਾਰੇ। ਯੈਸ, ਮੈਂ ਇਹ ਗੱਲ ਕਰ ਰਿਹਾ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾ ਸਕਦਾ, ਕਿਵੇਂ? ਇਹ ਨਾ ਤਿੰਨ ਤਰੀਕੇ ਨਾਲ ਬਚਾਇਆ ਜਾ ਸਕਦਾ। ਉਂਗਲੀਆਂ ਫੇਰ ਦੋ ਨੇ। ਇਹ ਨਹੀਂ, ਇਹ ਤਿੰਨ ਤਰੀਕੇ ਨਾਲ ਪਾਣੀ ਬਚਾਇਆ ਜਾ ਸਕਦਾ। ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਵੇਰੇ ਨਾ ਸਾਰਿਆਂ ਦੇ ਨਾ ਗਮਲਾ ਹਟਾਓ ਮੁਹਿੰਮ ਚਲਾ ਦਿਓ ਜੀ, ਘਰਾਂ ਦੇ ਵਿੱਚ ਗਮਲੇ ਹਟਾ ਦਿਓ, ਗਮਲੇ 'ਚ ਪਾਣੀ ਪਾਓ, ਬਹੁਤ ਵੇਸਟ ਹੁੰਦਾ। ਉਹਦੇ ਨਾਲ ਕੀ ਹੋਊਗਾ ਫਿਰ? ਪਾਣੀ ਬਚੂਗਾ ਜੀ ਸਰ, ਪਾਣੀ ਬਚੂਗਾ ਗਮਲੇ 'ਚ। ਦੂਜਾ ਇਹ ਹੈ ਕਿ ਦੁਪਹਿਰ ਵੇਲੇ ਅਸੀਂ ਨਹਾਉਂਦੇ ਜੀ ਮੱਝਾਂ ਨੂੰ, ਇਹ ਨਾ ਮੱਝਾਂ ਨੂੰ ਨਵਾਉਣ ਦੇ ਲਈ ਨਾ ਜਿੱਥੇ ਪਾਣੀ ਦੀ ਟੈਂਕੀ ਪਿੰਡਾਂ ਦੇ ਵਿੱਚ ਬਣੀ ਹੁੰਦੀ ਹੈ, ਸਕੂਲ ਨਾਲੇ ਡਿਸਪੈਂਸਰੀ ਦੇ ਵਿਚਾਲੇ ਪਾਣੀ ਦੀ ਟੈਂਕੀ ਬਣੀ ਹੁੰਦੀ, ਉਹਦੇ ਵਿੱਚ ਨਾ ਸਟੀਮ ਬਾਥ ਸਪਾ ਬਣਨੇ ਚਾਹੀਦੇ ਆ, ਬਫੈਲੋ ਸਟੀਮ ਬਾਥ ਸਪਾ। ਤੁਸੀਂ ਮੱਝਾਂ ਨੂੰ ਨਲਾਓ ਅਤੇ ਪਾਣੀ ਦੀ ਬੜੀ ਬੱਚਤ ਹੋਊਗੀ। ਤੀਜਾ ਵੀ ਦੱਸੋ। ਤੀਜਾ, ਤੀਜਾ ਜੀ, ਸ਼ਾਮ ਨੂੰ ਨਾ ਸ਼ਰਾਬੀ ਜਿੰਨੇ ਵੀ ਹਾਤੇ ਦੇ ਵਿੱਚ ਆਉਂਦੇ ਆ ਜਾਂ ਬੋਤਲ ਲੈ ਕੇ ਜਾਂਦੇ, ਉਹਨਾਂ ਦੀ ਉਂਗਲੀਆਂ ਵੱਢ ਦਿਓ। ਉਹ ਕਿਉਂਕਿ ਜਦੋਂ ਪੈਗ ਲਾਉਂਦੇ ਨਾ ਜੀ, ਉਹ ਛਿੱਟਾ ਦਿੰਦੇ ਆ, ਉਹ ਵੇਸਟ ਹੈ ਛਿੱਟਾ। ਹੁਣ ਮੰਨ ਲਓ ਕਿ 10,000 ਸ਼ਰਾਬੀ ਇੱਕ ਟਾਈਮ ਦੇ ਵਿੱਚ ਪੈਗ ਲਾਉਣ ਲੱਗੇ ਤਾਂ 10,000 ਬੂੰਦਾਂ ਵੇਸਟ ਹੋ ਗਈਆਂ। ਮੈਂ ਕਹਿੰਦਾ ਜਿੰਨੀ ਵਾਰ ਵੀ ਉਹ ਐਂ ਕਰਨ, ਇਹ ਕਰਨ, ਉਨੀ ਵਾਰੀ ਪੁਲਿਸ ਵਾਲੇ ਉਹਨਾਂ ਦੇ ਨਾ ਪਤੀਲੇ ਸਿੱਕੇ। ਠੀਕ ਹੈ ਠੀਕ ਹੈ, ਕੁੱਲ ਮਿਲਾ ਕੇ ਮੈਂ ਦੇਖ ਲਿਆ, ਹੈ ਤਾਂ ਕੁਝ ਨਹੀਂ ਤੁਹਾਡੇ ਕੋਲ,
ਹਵਾ ਬਾਰੇ ਵੀ ਦੱਸ ਦਿਓ ਕੀ ਵਿਚਾਰ ਤੁਹਾਡਾ। ਅਸੀਂ ਬੜੇ ਹਵਾਈ ਕਿਲੇ ਸਿਰਜ ਰਹੇ ਹਾਂ, ਬੜੇ ਲੋਕਾਂ ਦੇ ਵਿੱਚ ਹਵਾ ਹੈਗੀ ਆ। ਸਾਡੇ ਪਹਿਲਾਂ ਲੋਕੀ ਹਵਾ ਭਰਨ ਦਾ ਕੰਮ ਕਰਦੇ ਸੀ, ਟਾਇਰ ਪੰਚਰ ਵਾਲੇ ਮੁੰਡੇ ਮੇਰੇ ਨਾਲ ਲੱਗੇ ਹੋਏ ਆ, ਤੇ ਹਵਾ ਚੈੱਕ ਵੀ ਕਰ ਲੈਂਦੇ ਆ, ਉਹ ਮੀਟਰ ਨਾਲ ਜੇਬ ਚ ਪਾ ਕੇ ਰੱਖਦੇ ਆ। ਤੇ ਨਹੀਂ ਨਹੀਂ, ਜਿਹੜੀ ਹਵਾ ਦੂਸ਼ਿਤ ਹੋ ਰਹੀ ਆ ਜਾਂ ਹਵਾ ਨੂੰ ਬਚਾਉਣ ਦਾ, ਇਹਨਾਂ ਬਾਰੇ ਤੁਹਾਡੇ ਕੋਲ ਕੋਈ ਪਲਾਨ ਨਹੀਂ? ਦੇਖੋ, ਮੈਂ ਪੰਜਾਬ ਨੂੰ ਬਚਾਉਣ ਦਾ ਪਲਾਨ ਪੁੱਛਿਆ, ਤੁਹਾਡੇ ਕੋਲ ਕੋਈ ਨਹੀਂ। ਪਾਣੀ ਨੂੰ ਬਚਾਉਣ ਦਾ ਪਲਾਨ ਪੁੱਛੋ, ਉਹ ਵੀ ਤੁਸੀਂ ਹਵਾ 'ਚ ਸਾਰਤਾ, ਤੇ ਹੁਣ ਹਵਾ ਦੇ ਪਲਾਨ ਦੀ ਕੀ ਗੱਲ ਹੈ? ਇਹ ਜਿੰਨੀ ਵੀ ਹਵਾ ਹੈ ਨਾ, ਫਿਲਟਰ ਹੋਣੀ ਚਾਹੀਦੀ ਆ। ਇਹ ਹਿਮਾਲਿਆ ਪਰਬਤ ਤੋਂ ਹਵਾਵਾਂ ਆਉਂਦੀਆਂ ਨੇ ਇੱਧਰ ਨੂੰ, ਹਿਮਾਚਲ ਤੋਂ। ਜਿੱਥੇ ਵੀ ਹਿਮਾਚਲ ਦਾ ਬਾਰਡਰ ਹੈ ਨਾ, ਉੱਥੇ ਵੱਡੇ ਵੱਡੇ ਫਿਲਟਰ ਲਾ ਦਿਓ ਤੇ ਹਵਾ ਇੱਧਰ ਨੂੰ ਸਾਫ਼ ਆਊਗੀ। ਹੁਣ ਪਾਕਿਸਤਾਨ ਦਾ ਬਾਰਡਰ ਹੈ, ਜਿੱਥੇ ਬਾਰਡਰ 'ਤੇ ਫੈਂਸਿੰਗ ਹੋਊਗੀ, ਤਾਰਾਂ ਲੱਗ ਗਈਆਂ, ਫਿਲਟਰ ਨਹੀਂ ਲੱਗ ਸਕਦੇ। ਉਹ ਕਹਿੰਦੇ ਪਾਕਿਸਤਾਨ ਦਾ, ਤੂੰ ਇੱਧਰ ਨੂੰ ਆਉਂਦਾ। ਅੱਛਾ, ਇੱਕ ਇੱਕ ਬੜਾ ਮੁੱਦਾ ਚੱਕਿਆ ਸੀ ਤੁਸੀਂ ਕਿ ਪੰਜਾਬ ਦੇ ਵਿੱਚ ਭਈਏ ਬਹੁਤ ਨੇ, ਬਈਆਂ ਨੂੰ ਭਜਾਓ ਤਾਂ ਹੀ ਪੰਜਾਬ ਬਚ ਸਕਦਾ। ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਹੈ ਕਿ ਜਿਹੜੇ ਬਈਆਂ ਦੇ ਜਵਾਕ ਨੇ ਉਹ ਤਾਂ ਪੰਜਾਬੀ ਸਕੂਲਾਂ 'ਚ ਪੜ੍ਹਦੇ ਨੇ, ਕਿ ਜਿਹੜੇ ਤੁਹਾਡੇ ਜਵਾਕ ਨੇ ਉਹ ਪੀਲੀਆਂ ਵੈਨਾਂ ਦੇ ਵਿੱਚ ਜਾ ਕੇ ਇੰਗਲਿਸ਼ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਹੈ ਨਾ? ਦੇਖੋ, ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਾ, ਤਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇੰਗਲਿਸ਼ ਹੈ ਨਾ ਪੰਜਾਬੀ 'ਚ ਪੜ੍ਹਾਓ ਤੁਸੀਂ। ਉਹ ਕਿਵੇਂ? ਜਿਵੇਂ SUP ਸੱਪ, GUP ਗੱਪ, ਅਤੇ HUP ਹੱਪ, THUP ਠੱਪ, ਇੱਦਾਂ। ਮਤਲਬ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ 'ਚ ਪੜ੍ਹਾਉਣਾ ਅਸੀਂ ਇਹ ਕਰ ਰਹੇ ਹਾਂ। ਬਾਕੀ ਰਹੀ ਪੀਲੀਆਂ ਬੱਸਾਂ ਦੀ ਗੱਲ, ਅਸੀਂ ਉਹ ਬੰਦ ਕਰ ਦੇਣੀ ਅਸੀਂ ਨਹੀਂ। ਉਹਦਾ ਕੀ ਹੱਲ ਆ ਤੁਹਾਡੇ ਕੋਲ? ਕੀ ਸਲਿਊਸ਼ਨ ਹੈ? ਕਿਵੇਂ ਬੰਦ ਕਰੂੰ? ਪੀਲੀਆਂ ਬੱਸਾਂ ਨੂੰ ਹੋਰ ਰੰਗ ਕਰਾ ਲਓ ਨਾ, ਹੋਰ ਰੰਗ ਕਰਾ ਦੂੰਗਾ। ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰਿਆ ਜਾ ਸਕਦਾ? ਇੱਕ ਮਿੰਟ, ਕੈਮਰਾ ਜ਼ਰਾ ਬੰਦ ਕਰਿਓ। ਨਹੀਂ ਨਹੀਂ, ਇੱਕ ਕੀ ਕੀ ਭਾਈ ਸਾਹਿਬ, ਭਾਈ ਸਾਹਿਬ, ਹੈਲੋ, ਕੈਮਰਾ ਚੱਲ ਰਿਹਾ ਜੀ, ਤੁਸੀਂ ਕੈਮਰੇ ਦੇ ਮੂਹਰੀ ਇਹ ਰਿਕਾਰਡ ਨਾ ਕਰਿਓ, ਚਲਾਇਓ ਨਾ ਤੁਸੀਂ। ਨਹੀਂ, ਤੁਸੀਂ ਭਾਈ ਨਾਲ ਤਾਂ ਨਸ਼ੇ ਆਪ ਲਾਏ ਹੋਏ ਨੇ। ਹੈਂ, ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਿਹਾ, ਜਿਹੜਾ ਪੰਜਾਬ 'ਤੇ ਕਲੰਕ ਲੱਗਿਆ ਹੋਇਆ ਨੇ ਉਹਨੂੰ ਹਟਾਉਣ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ। ਦੇਖੋ, ਪੰਜਾਬ ਨੂੰ ਨਸ਼ਾ ਮੁਕਤ ਜੇ ਕਰਨਾ ਨਾ ਤਾਂ ਠੇਕੇ ਖੋਲ੍ਹ ਦਿਓ। ਠੇਕੇ ਤਾਂ ਪਹਿਲੀ ਖੁੱਲ੍ਹੇ ਨੇ, ਭੁੱਕੀ ਅਤੇ ਫੀਕ ਦੇ ਠੇਕੇ ਖੋਲ੍ਹ ਦਿਓ ਉੱਥੇ ਪੰਜਾਬ 'ਚ, ਫਿਰ ਉਹਦੇ ਨਾਲ ਸਮੱਸਿਆ ਹੱਲ ਹੋ ਜੂ। ਦੇਖੋ, ਪੰਜਾਬ ਦੀ ਸਮੱਸਿਆ ਭਾਵੇਂ ਨਾ ਵੀ ਹੱਲ ਹੋਵੇ, ਸਾਡੀ ਸਮੱਸਿਆ ਹੱਲ ਹੋ ਜੂਗੀ। ਸਾਨੂੰ ਰਾਜਸਥਾਨ ਜਾਣਾ ਪੈਂਦਾ, ਉੱਧਰ ਅਸੀਂ ਲਾਈਵ ਆਉਣਾ, ਉੱਧਰ ਅਸੀਂ ਸ਼੍ਰੀ ਗੰਗਾਨਗਰ ਤੋਂ ਰਹੇ ਹੁੰਦੇ, ਭੁੱਕੀ ਲੈਣ। ਸੋ ਇਹ ਉਹਦੇ ਬਾਰੇ ਅਸੀਂ ਬੈਠ ਕੇ ਮੈਂ ਨਸ਼ੇੜੀਆਂ ਦੇ ਨਾਲ ਗੱਲਬਾਤ ਕਰੀ ਹੈ, ਅਤੇ ਉਹਨਾਂ ਨੂੰ ਘਰੋ ਘਰੀ ਅਸੀਂ ਸੋਚ ਰਹੇ ਹਾਂ ਵੀ ਕਿੱਦਾਂ ਉਹਨਾਂ ਨੂੰ ਵਿਚਾਰਿਆਂ ਨੂੰ ਤਸਕਰਾਂ ਦੇ ਹੱਥਾਂ ਦੇ ਵਿੱਚ ਖੇਡਣਾ ਨਾ ਪਵੇ, ਉਹਨਾਂ ਨੂੰ ਘਰੋ ਘਰੀ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਅਸੀਂ ਨਸ਼ਾ ਫੜਾ ਦਈਏ, ਇਹ ਸਾਡਾ ਹੈ ਪਲਾਨ। ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇੱਕ ਨਤੀਜਾ ਲਾਇਆ, ਇਹਨਾਂ ਕੋਲ ਕੋਈ ਪਲੈਨ ਨਹੀਂ, ਕੋਈ ਏਜੰਡਾ ਨਹੀਂ ਇਹਨਾਂ ਦਾ, ਬਸ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਲਾਈਵ ਹੋ ਕੇ ਇੱਕ ਦੂਜੇ ਦੇ ਖਿਲਾਫ਼ ਬੋਲੀ ਜਾਣਾ। ਜਿਹੜੇ ਲੋਕਾਂ ਤੋਂ ਤੁਸੀਂ ਵੋਟਾਂ ਮੰਗੀਆਂ ਨੇ ਉਹਨਾਂ ਨੂੰ ਤੁਸੀਂ ਲੱਖ ਲਾੜ ਤਾਂ ਪਾਉਂਦੇ ਹੋ, ਹੈ ਨਾ? ਇਹ ਕਿੱਧਰ ਦਾ ਰਵੱਈਆ, ਮੈਨੂੰ ਮਾੜਾ ਜਿਹਾ ਇੰਨਾ ਕੁ ਤਾਂ ਸਮਝਾਓ ਨਾ। ਦੇਖੋ, ਇਹ ਮੈਂ ਖਾਸਾ ਵੱਡਾ ਬੰਦਾ ਹੈ, ਮੇਰੇ ਨਾਲ ਮੂੰਹ ਸੰਭਾਲ ਕੇ ਗੱਲ ਕਰਨੀ ਪੈਂਦੀ ਹੈ। ਮੈਂ 100 ਵਾਰ ਜੁੱਤੀਆਂ ਖਾ ਚੁੱਕਿਆ ਅਤੇ 5 ਵਾਰੀ ਆਪਣਾ ਮੂੰਹ ਕਾਲਾ ਕਰਾ ਚੁੱਕਿਆ, ਮੈਂ ਖਾਸਾ ਵੱਡਾ ਬੰਦਾ ਹੈ। ਹਾਂ।